ਚੋਣ ਪ੍ਰਚਾਰ ਦੌਰਾਨ ਸੀਐਮ ਮਾਨ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਪਹੁੰਚੇ ਨੇ, ਜਿੱਥੇ ਉਹਨਾਂ ਨੇ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਰੋਡ ਸ਼ੋਅ ਕੀਤਾ ਤੇ ਵੋਟਾਂ ਦੀ ਅਪੀਲ ਕੀਤੀ। ਮਜਾਲਾ ਦੇ ਦਰ ਵਿੱਚ ਸੀਐਮ ਮਾਨ ਦਾ ਉਹੀ ਜਲਵਾ ਵੇਖਣ ਨੂੰ ਮਿਲਿਆ ਜੋ ਦੂਜਿਆਂ ਹਲਕਿਆਂ ਦੇ ਵਿੱਚ ਨਜ਼ਰੀ ਆਇਆ ਸੀ। ਲੋਕਾਂ ਦਾ ਪਿਆਰ ਤੇ ਜੋਸ਼ ਦੇਖ ਕੇ ਮਾਨ ਗੱਡ ਗੱਡ ਹੋ ਉੱਠੇ ਤੇ ਗੜਵਾ ਭਾਸ਼ਣ ਦਿੰਦੇ ਹੋਏ ਨਜ਼ਰ ਆਏ। ਸੁਣੋ ਆਖਿਰ ਕੀ ਕਿਹਾ। ਕੀ ਬੋਲਾਂ ਹੁਣ ਮੈਂ, ਕੀ ਬੋਲਾਂ ਮਾਝੇ ਵਾਲਿਓ, ਕੀ ਬੋਲਾਂ ਹੁਣ ਮੈਂ। ਐਮਐਲਏ ਸਾਹਿਬ ਬੈਠੇ ਹੈ, ਲਾਲਜੀਤ ਭੁੱਲਰ ਬੈਠਾ ਜਿਹੜਾ ਕੈਂਡੀਡੇਟ ਹੈ। ਫਿਰ 1 ਤਰੀਕ ਨੂੰ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਹੋ। ਵਾਹ ਬਈ ਵਾਹ। ਅੱਜ ਮੈਂ ਮਾਝੇ ਜੀ ਸੀ ਮਜੀਠੇ ਅਜਨਾਲੇ ਚੁਗਾਵਾ ਜੰਡਿਆਲਾ ਰਈਆ ਤੁਹਾਡੇ ਕੋਲ ਆ ਗਿਆ। ਤੀਰ ਨਿਸ਼ਾਨੇ ਤੇ, ਤੀਰ ਨਿਸ਼ਾਨੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। 1 ਤਰੀਕ ਨੂੰ ਜਦੋਂ ਝਾੜੂ ਵਾਲਾ ਬਟਨ ਦੱਬੋਗੇ ਤੁਹਾਡੀ ਡਿਊਟੀ ਖਤਮ, ਮੇਰੀ ਡਿਊਟੀ ਸ਼ੁਰੂ, ਲਾਲਜੀਤ ਦੀ ਡਿਊਟੀ ਸ਼ੁਰੂ। ਦਿੱਲੀ ਜਾਊਗਾ ਤੁਹਾਡਾ ਪੁੱਤ, ਜਦੋਂ ਦਿੱਲੀ ਜਾ ਕੇ ਪਾਰਲੀਮੈਂਟ ਚ ਗੱਜੂਗਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਕੋਈ। ਮਾਝੇ ਦੀ ਸ਼ਕਤੀ ਦਿੱਲੀ ਭੇਜੋ। ਸੋ ਵੀਰੋ ਏਕਾ ਰੱਖਿਓ, ਵੋਟ ਨਾ ਖਰਾਬ ਕਰ ਲਿਓ ਇੱਧਰ ਉੱਧਰ। ਆਪਣੇ ਕੋਲ ਹੀ ਹੈ ਸਰਕਾਰ 3 ਸਾਲ ਅੱਗੇ, ਉਦੋਂ 5 ਸਾਲ ਫੇਰ ਅੱਗੇ, ਉਦੋਂ 5 ਸਾਲ ਫੇਰ ਅੱਗੇ। ਆਪਣੇ ਕੋਲ ਹੀ ਹੈ, ਲੋਕਾਂ ਦੀ ਪਹਿਲੀ ਵਾਰ ਤਾਂ ਸਰਕਾਰ ਬਣੀ ਹੈ। ਕੰਮ ਤਾਂ ਆਪਾਂ ਹੀ ਕਰਨੇ ਹੈ, ਇੱਧਰ ਉੱਧਰ ਵੋਟ ਨਾ ਖਰਾਬ ਕਰ ਲਿਓ। ਲਾਲਜੀਤ ਨੂੰ ਪਾ ਕੇ ਵੋਟ ਦਾ ਵੀ ਮੁੱਲ ਪਵਾਓ ਔਰ ਨਾਲ ਉਹ ਤੋਂ ਬਾਅਦ ਫਿਰ ਕੰਮ ਕਰਨ ਦਾ ਨਜ਼ਾਰਾ ਮੈਨੂੰ ਵੀ ਆਊਗਾ ਕਿ ਹਾਂ ਬਈ। ਸਮਝ ਲੋ ਝਾੜੂ ਦਾ ਬਟਨ ਦੱਬੋਗੇ, ਸਮਝ ਲੋ ਵੋਟ ਮੈਨੂੰ ਪੈ ਰਹੀ ਹੈ, ਮੈਨੂੰ। ਮੇਰੀ 2.25 ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ, ਮੈਨੂੰ ਪੈ ਰਹੀ ਹੈ। ਮੈਂ ਦੱਸੂ ਫਿਰ ਇਹਨਾਂ ਨੂੰ, ਜਿੰਨਾ ਚਿਰ ਮੈਂ ਇਹਨਾਂ ਦੀ ਜੜ ਨਹੀਂ ਪੁੱਟਦਾ ਉਹਨਾਂ ਚਿਰ ਮੈਂ ਅੱਕਦਾ ਨਹੀਂ ਥੱਕਦਾ ਨਹੀਂ, ਮੈਂ ਤਾਂ ਹਰੇਕ ਤੇ ਜਾਊਂਗਾ। ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ, ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ। ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨੀ, ਬਿਜਲੀ ਦਾ ਕੋਈ ਬਿੱਲ ਨੀ, ਨਦੀਆਂ ਕੱਸੀਆਂ ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ। ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ, ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ। ਫਿਰ ਅਕਾਲੀ ਦਲ ਦੀ ਫੱਟੀ ਸੁਖਵੀਰ ਮਜੀਠੀਏ ਤੇ ਬਿਰਸੇ ਹੋਰਾਂ ਨੇ ਪੋਚੀ ਹੈ।
ਮੇਰਾ ਸੁੱਕੀ ਜਾਵੇ ਖੂਨ ਵੇ, ਨਾਲੇ ਉੱਡੀ ਜਾਏ ਸਕੂਨ ਵੇ। ਹਾਂ ਜਦੋਂ ਜਦੋਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ, ਅਸੀਂ ਮੌਜ ਬੜੀ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਹੈ। ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਹੈ। ਬੋਲੇ ਸੋ ਨਿਹਾਲ ਇਨਕਲਾਬ। ਤਰਨ ਤਾਰਨ ਵਾਲਿਓ, ਤੁਸਾਂ ਬੜਾ ਮਾਣ ਤੇ ਸਤਿਕਾਰ ਦਿੱਤਾ, ਬੜਾ ਪਿਆਰ ਦਿੱਤਾ, ਤੇ ਆ ਜਿਹੜਾ ਤੁਹਾਡੇ ਭਰਾ ਦਾ ਗੱਲ ਬੈਠਾ, ਸਵੇਰੇ 5 ਵਜੇ ਤੋਂ ਲੋਕਾਂ ਦੇ ਵਿੱਚ ਜਾਣ ਲੱਗ ਪਿਆ, ਰਾਤ ਦੇ 2-2 ਵੱਜਦੇ ਆ, ਭਾਵੇਂ ਮੈਡੀਸਨ ਦਵਾਈਆਂ ਲੈ ਕੇ ਬੋਲੀ ਦਾ ਤਾਂ ਵੀ ਗਲਾ ਉਸੇ ਤਰ੍ਹਾਂ ਖਰਾਬ ਹੈ। ਤੁਹਾਡੇ ਪਿਆਰ ਨੂੰ, ਤੁਹਾਡੇ ਸਤਿਕਾਰ ਨੂੰ ਸਿੱਧਾ ਕਰਦੇ ਆ। ਉਹ ਤਰਨ ਤਾਰਨ ਵਾਲਿਓ, ਸਭ ਤੋਂ ਵਧਾ ਦਿਓਗੇ ਲੀਡ, ਜਿਤਾ ਦਿਓਗੇ ਤਰਨ ਤਾਰਨ ਵਾਲਿਓ। ਅੱਜ ਮਾਝੇ ਦੇ ਵਿੱਚ ਮਾਨ ਸਾਹਿਬ ਨੇ ਮਜੀਠੇ, ਜੰਡਿਆਲੇ, ਰਈਏ, ਤਰਨ ਤਾਰਨ, ਬਾਬੇ ਬਕਾਲੇ ਜਿੱਤ ਦੇ ਝੰਡੇ ਗੱਡ ਤੇ ਜਿੱਤ ਦੇ ਝੰਡੇ 1 ਜੂਨ ਨੂੰ ਤੁਸੀਂ ਗੱਡਣੇ ਆ, ਚੜਾ ਦਿਓ ਝੰਡੇ। ਬੋਲੇ ਸੋਨਿਆ ਟਹਿਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਟਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਟਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਟਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਟਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਟਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।